स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड डोक पिंड श्री मुक्तसर साहब जिले का, इहदे नाल पिंडां दी जे गल करदे हां तां इक पासे सीर वाली है ते दूजे पासे सुखण वाला पिंड है। सुखण वाला फरीदकोट जिले का पिंड है, ये हद है दोस्तों श्री मुक्तसर साहब जिले की लास्ट पिंड इस साइड तो। जिहड़े घर दे विचों अज डोक पिंड दे जिहड़े घर चों वीडियो बना रहे हां, दसो वीर स्टडी दे नाल नाल डेयरी फार्मिंग का काम करदा है, इत्थे नवा सैटअप वीर तैयार कर रहा है, उही छत जिहड़ी थोड़े टाइम तो दिखाउणी शुरू कीती है वी इह ठंडी रहिंदी है गावां वास्ते भी ते मझां वास्ते भी, दूजा देसी चिड़ियां जां कोई पंछी जिहड़े इहदे चाल ना पा सकदे हुंदे आ, किते ना किते असीं आपदे कारोबार दे नाल नाल इदां दा कोई पुन्न वाला काम भी कर सकते होंगे। सो ये देसी छत ठंडी छत बाई ने इत्थे बना ली है। इधर नवा कुछ होर शैड जिहड़ा इनक्रीज किया कुछ वधाया, पर अज जिहड़ी वीडियो बन रही उहदे च इक गां वकाऊ कीती है एच एफ नसल की। एच एफ सारे ही जानते हैं दोस्तों भी ये चंगे दुध वाली गां है, तो इदां दे एक छोटे जे फार्म दे विच वीर ने जिहड़ी ब्रीड अज तुहानूं दिखाउणी है वह टॉप की वहड संभाली हुई है, जिहदे थले तैयार दुध तुहानूं अज दसूंगा भी किन्ना है ये गां वकाऊगा, तो बाकी नग जिहड़े उह तुहानूं सिर्फ वैसे दिखा रहे हैं क्योंकि इत्थे सैटअप वीर ने तैयार किया, तो हौली हौली इहनूं फार्म का रूप जिहड़ा उह लार्ज फार्म का रूप देना है, पर शैड इदां दे रखण की कोशिश हैगी है। सो आओ इस गां बारे जानकारी लईए दोस्तों, बाद च तुहानूं तोर के दिखाउणे आ। वीर सत श्री अकाल। सत श्री अकाल भाई। नाम दसी भाई। नाम भाई लवप्रीत सिंह, पिंड डोक जिला श्री मुक्तसर साहिब। ठीक है लवप्रीत भाई, स्टडी भी करते हो ते नाल डेयरी स्टडी करी जांदे, बीबीए करी जांदे आपां, बीबीए क्लास दे विच स्टडी करदे हो ते नाल फिर गावां दा शौक है? गावां दा शौक है, बस दुध पाली दा ही। ठीक है, लाई जाई चली जांदी आपणी। ठीक है, मतलब इहदे चों सर्कल सोहणा तुरिया आउंदा होऊगा? सर्कल वधिया चली जांदा भाई। ठीक है, बच जांदे पैसे चंगे। अच्छा भाई, अज जिहड़ी इह गां आपां वकाऊ कीती है कहनमा सूआ सूई है ਇਹ ਬਈ ਦੂਜਾ ਸੂਆ ਸੂਈ ਹੈ। ਠੀਕ ਹੈ, ਸੂਆ ਆਪਾਂ ਖਰੀਦੀ ਸੀਗੀ। ਠੀਕ ਹੈ, ਤੇ ਹੁਣ ਆਪਣੇ ਕੋਲ ਦੂਜਾ ਸੂਆ ਸੂਈ ਆ, ਤੇ ਇਹਦਾ ਦੁੱਧ ਇਸ ਟਾਈਮ ਪੀਕ ਦਾ ਮੰਨ ਲਓ 50-55 ਕਿਲੋ ਸੀਗਾ। ਹੂੰ, ਤੇ ਹੁਣ ਮੰਨ ਲਓ ਇੱਕ ਤਾਂ ਆਪਣੇ ਕੋਲੇ 4 ਦੀ ਸ਼ਾਰਟੇਜ ਪੈ ਗਈ। ਅੱਛਾ, ਮੁੱਲ ਲੈਣਾ ਪਿਆ ਤੇ ਉਹਦੇ ਕਰਕੇ ਕੇਅਰ ਕੂਰ ਨਹੀਂ ਹੋਈ, ਤੇ ਇਸ ਟਾਈਮ ਇਹ 41 ਕਿਲੋ ਤੇ ਹੁਣ ਰੈਡੀ ਆ ਜਾਵਾਂ। ਯਾਨੀ 40 ਕਿਲੋ ਤੋਂ ਬਾਹਰ ਇਸ ਟਾਈਮ 40 ਕਿਲੋ ਕੰਡੇ ਵਾਲਾ ਹੈਗਾ ਮੰਨ ਲਓ ਤਿਆਰ। ਠੀਕ ਹੈ। ਅੱਛਾ, ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ? ਇਹਨੂੰ ਹੀ 35 ਦਿਨ ਹੋ ਗਏ। 35 ਦਿਨ ਹੋ ਗਏ ਸੂਈ ਨੂੰ? ਹਾਂਜੀ। ਠੀਕ ਹੈ। ਅੱਛਾ, ਇਹ ਕਿਹੜੇ ਸੀਮਨ ਦੀ ਹੈ? ਇਹ ਆਪ ਹੀ ਅਰਮਾਡਾ ਦੀ ਹੈ। ਅਰਮਾਡਾ ਦੀ ਹੈ। ਠੀਕ ਹੈ, ਇਹਨੇ ਬੱਚੇ ਨੂੰ ਕੀ ਜਨਮ ਦਿੱਤਾ? ਬੱਚਾ ਇਹਦੇ ਮਗਰ ਵੱਛੀ। ਵੱਛੀ ਇਹਦੇ ਨਾਲ ਹੈ। ਠੀਕ ਹੈ, ਵੱਛੀ ਕੁਛ ਧਿਆਨ ਚਾਹੇ ਕਿਹੜੇ ਸੀਮਨ ਦੀ ਹੈ? ਡੈਨਮਾਰਕ ਦੀ ਹੈ, 40-120 ਦੀ। 40-120 ਦੀ ਵੱਛੀ ਨੂੰ ਇਹਨੇ ਜਨਮ ਦਿੱਤਾ। ਠੀਕ ਹੈ। ਅੱਛਾ ਬਈ, ਇਹ ਵੇਚਣ ਦਾ ਇਰਾਦਾ ਬਣਾਇਆ, ਰੇਟ ਫਿਰ ਇਹਦਾ ਕੀ ਰੱਖਿਆ? ਰੇਟ ਬਈ ਇਹਦਾ ਹਾਂ ਨਾ ਕਰਦੇ ਆਪਾਂ ਜੀ 81 180,000। ਠੀਕ ਹੈ, ਜਾਇਜ਼ ਜਾ ਰੇਟ ਹੀ ਹੈ, ਬਾਕੀ ਬਈ ਆਪਾਂ ਤੁਹਾਨੂੰ ਪਤਾ ਹੀ ਹੈ ਦੁੱਧ ਹੁਣ ਕੀ ਚੱਲੀ ਜਾਂਦਾ। ਸਹੀ ਹੈ। ਅੱਛਾ, ਵੈਸੇ ਇਹ ਗਾਂ ਫਿਰ ਹੁਣ ਚੰਗੀ ਪੀਕ ਲੈਵਲ ਵਾਲੀ ਗਾਂ ਆਪਣੇ ਕੋਲ ਆ ਗਈ ਸੀ, ਇਹਨੂੰ ਫਿਰ ਵੇਚਣ ਦਾ ਇਰਾਦਾ ਬਣਾ ਲਿਆ? ਵੇਚਣ ਦਾ ਬਈ ਇਰਾਦਾ ਤਾਂ ਹੀ, ਇੱਕ ਤਾਂ ਸਟੱਡੀ ਕਰਕੇ। ਠੀਕ ਹੈ, ਉੱਧਰ ਰਹਿ ਜਾਈਦਾ ਤੇ ਘਰ ਦੇ ਸਮਝਦੇ ਨੇ ਆਪਣੇ ਕੋਲੇ ਠੇਕੇ ਤੇ ਪੈਲੀ ਹੁੰਦੀ ਹੈ 100 ਕਿੱਲੇ ਦੇ ਨੇੜੇ। ਠੀਕ ਹੈ, ਤੇ ਫਿਰ ਬਾਪੂ ਵੀ ਤਾਂ ਉੱਧਰ ਰਹਿੰਦੇ ਆ ਤੇ ਘਰੇ ਬੁੜੀਆਂ ਤੋਂ ਇੰਨੇ ਸਮਝਦੇ ਨਹੀਂ ਤੁਸੀਂ। ਠੀਕ ਹੈ, ਕੋਸੇ ਦਾ ਪੀਕ ਲੈਵਲ ਵੀ ਵੱਧ ਹੈ, ਦੀ ਕੇਅਰ ਵੀ ਵੱਖਰੀ ਕਰਨੀ ਹੋਈ ਨਹੀਂ ਆਪਣੇ ਕੋਲ ਸਹੀ ਜਿੰਨੀ ਇਹਨੂੰ ਚਾਹੀਦੀ ਆ। ਹੂੰ, ਤੇ ਤਾਂ ਕਰਕੇ ਆਪਣਾ ਇਰਾਦਾ ਬਣਿਆ। ਠੀਕ ਹੈ, ਖੋਲੀ ਬਈ ਨੂੰ ਤੋਰੀਏ। ਦੱਸੋ ਅਰਮਾਡਾ ਬੁੱਲ ਦੀ ਹੈ ਇਹ, ਆਪ ਦੂਜਾ ਸੂਆ ਸੂਈ ਹੈ, 50-52 ਕਿਲੋ ਦੁੱਧ ਤੇ ਚਲੀ ਗਈ ਸੀ, ਪਰ ਵੀਰ ਦੱਸਦਾ ਵੀ ਸਾਈਲੇਜ ਦੀ ਸ਼ਾਰਟੇਜ ਆ ਗਈ ਜਿਹਦੇ ਕਰਕੇ ਪੀਕ ਲੈਵਲ ਟੁੱਟਿਆ, ਤੇ ਇਸ ਟਾਈਮ 41 ਕਿਲੋ 40 ਕਿਲੋ ਤੋਂ 1 ਕਿਲੋ ਬਾਹਰ ਇਸ ਟਾਈਮ ਦੁੱਧ ਤੇ ਚੱਲਦੀ ਹੈ। ਬਹੁਤ ਵੱਡਾ ਕੱਦ ਹੈ, ਚੰਗੀ ਵੇਲ ਆ ਤੇ ਸਾਰਾ ਹਵਾਨਾ ਨਾੜਾਂ ਦੇ ਨਾਲ ਭਰਿਆ ਹੋਇਆ। ਸਟਰਕਚਰ ਦੇਖੋ, ਪਹਿਲਾਂ ਖਰੀਦੀ ਸੀ ਬਾਈ ਨੇ ਤੇ ਦੂਜਾ ਸੂਆ ਸੂਪੀ ਹੈ, ਵੱਛੀ ਨੂੰ ਜਨਮ ਦਿੱਤਾ ਤੇ ਵੱਛੀ ਜਿਹੜੀ ਉਹ 40-120 ਡੈਨਮਾਰਕ ਦਾ ਸੀਮੈਂਟ ਇਹਦੇ ਲੱਗਾ ਸੀ। ਚੰਗੇ ਸਟਰਕਚਰ ਦੀ ਦੱਸੋ ਇਹ ਗਾਂ, ਬਿਲਕੁਲ ਬਰੀਕ ਚਮੜੀ ਦੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ, ਬਹੁਤ ਵੱਡਾ ਢਾਂਚਾ ਤੇ ਇਹੀ ਢਾਂਚੇ ਦੁੱਧ ਕੱਢਦੇ ਆ। ਲੈ ਚੱਲ ਬਈ ਉਧਰ ਨੂੰ ਤੋਰ ਲਾ ਆਪਾਂ ਇੰਟਰਲੋਕ ਤੇ। ਸੋ ਤੁਸੀਂ ਇਹਦਾ ਸਟਰਕਚਰ ਦੇਖੋ, ਇੱਕ ਫਾਰਮ ਦੀ ਵਹਿੜ ਤੁਹਾਨੂੰ ਦਿਖਾ ਰਿਹਾ, ਇੱਕੋ ਹੀ ਗਾਂ ਚੰਗੀ ਕੇਅਰ ਦੇ ਨਾਲ 50-52 ਕਿਲੋ ਦੁੱਧ ਪੈਦਾ ਕਰਦੀ ਹੈ। ਹਾਲਾਂਕਿ ਜਿਵੇਂ ਮੇਨ ਤੁਹਾਨੂੰ ਦੱਸਤਾ ਬਾਈ ਨੇ ਵੀ ਨਾਲ ਸਟੱਡੀ ਵੀਰ ਕਰਦਾ, ਜਿਹਦੇ ਕਰਕੇ ਕੇਅਰ ਕਰਨੀ ਥੋੜ੍ਹੀ ਜਿਹੀ ਔਖਾ ਹੋ ਜਾਂਦਾ ਵੀ ਜਦੋਂ ਆਪ ਵੀਰ ਕਾਲਜ ਚਲਾ ਜਾਂਦਾ ਤਾਂ ਘਰੇ ਪਰਿਵਾਰਕ ਮੈਂਬਰਾਂ ਤੋਂ ਇੰਨੀ ਚੰਗੀ ਗਾਂ ਏਡੀ ਟੌਪ ਦੀ ਬਰੀਡ ਸੰਭਾਲਣੀ ਔਖੀ ਹੈ, 24 ਘੰਟੇ ਕੋਲ ਮਾਲਕ ਨੂੰ ਇਹ ਪਾਲਦੀਆਂ ਗਾਵਾਂ। ਪਰ ਜੇ ਕੋਈ ਵੀਰ ਮਿਹਨਤ ਕਰ ਸਕਦਾ ਤਾਂ ਭਾਵੇਂ 2-4 ਗਾਵਾਂ ਹੀ ਪਾਲ ਲਓ, ਮੁੜ ਲਾ ਬਾਈ ਚੰਗੀ ਕੇਅਰ ਦੇ ਨਾਲ ਚੰਗਾ ਦੁੱਧ ਪੈਦਾ ਕਰੋਗੇ ਤੇ ਅੱਗੇ ਤੁਸੀਂ ਜਿਹੜਾ ਉਹ ਡੇਅਰੀ ਦੇ ਉੱਤੇ ਚੰਗਾ ਦੁੱਧ ਪਾ ਸਕਦੇ ਹੋ।
ਤੋਂ 1,80,000 ਦੋਸਤੋ ਇਹਦੀ ਡਿਮਾਂਡ ਹੈ। ਵੱਛੀ ਇਹਦੇ ਨਾਲ ਤੁਹਾਨੂੰ ਮਿਲ ਜਾਣੀ ਹੈ, ਜਿਹਨੂੰ ਪਸੰਦ ਆਵੇ ਤਾਂ ਤੁਸੀਂ ਸੰਪਰਕ ਕਰੋ। ਸਾਰਾ ਹਵਾਨਾ ਨਾੜਾਂ ਦੇ ਨਾਲ ਭਰਿਆ ਹੋਇਆ। ਇਹਦਾ ਜੇ ਆਪਾਂ ਬਾਡੀ ਸਟਰਕਚਰ ਦੇਖਦੇ ਹਾਂ ਤਾਂ ਬੜਾ ਪਿਆਰਾ ਹੈ, ਚੰਗੇ ਕੱਦ ਕਾਠ ਦੀ ਹੈ ਅਤੇ ਪਿੱਠ ਪੂਰਾ ਫੁੱਲ ਖੁੱਲ੍ਹਾ ਤੁਹਾਨੂੰ ਦਿਸੂਗਾ। ਹਵਾਨੇ ਦੇ ਉੱਤੇ ਨਾੜਾਂ ਕਿੰਨੀਆਂ ਕੁ ਮੈਂ ਨੇੜੇ ਤੋਂ ਫੇਰ ਦਿਖਾ ਦੇਣੀਆਂ, ਜਦੋਂ ਵੀਰ ਇਹਨੂੰ ਬੰਨ ਦਿੰਦਾ ਤਾਂ ਉਦੋਂ ਤੁਹਾਨੂੰ ਦਿਖਾਊਂਗਾ। ਸੋ ਤੁਸੀਂ ਦੇਖੋਗੇ ਤੁਹਾਨੂੰ ਇਹ ਪਸੰਦ ਆਊਗੀ ਗਾਂ, ਅਤੇ ਜਿਹਨੂੰ ਜਚੇ ਉਹ ਵੀਰ ਕਾਲ ਬਾਈ ਨੂੰ ਕਰ ਸਕਦਾ ਦੋਸਤੋ ਇਸ ਵੈਡ ਨੂੰ ਖਰੀਦਣ ਸੰਬੰਧੀ। ਰੇਟ ਤੁਹਾਨੂੰ ਵੀਡੀਓ ਦੇ ਵਿੱਚ ਇਸ ਕਰਕੇ ਦਿੱਤਾ ਵੀ ਜਿਹੜਾ ਵੀਰ ਖਰੀਦਣਾ ਚਾਹੇ ਤੁਹਾਨੂੰ ਅੰਦਾਜ਼ਾ ਹੋ ਜਾਵੇ ਵੀ ਕਿਸ ਰੇਟ ਦੇ ਵਿੱਚ ਤੁਹਾਡਾ ਸੌਦਾ ਜਿਹੜਾ ਉਹ ਵੀਰ ਨਾਲ ਹੋ ਸਕਦਾ। ਹਵਾਨੇ 'ਤੇ ਨਾੜਾਂ ਦੇਖ ਸਕਦੇ ਹੋ। ਦੂਜਾ ਸੂਆ ਸੂਈ ਅਰਮਾਡਾ ਬੁੱਲ ਦੀ ਇਹ ਵੈਡ ਫੋਰ ਸੇਲ ਹੈ। ਇਸ ਸਾਈਡ ਤੋਂ ਵੀ ਨਾੜਾਂ ਤੁਸੀਂ ਹਵਾਨੇ 'ਤੇ ਦੇਖੋਗੇ ਤੁਹਾਨੂੰ ਬਹੁਤ ਚੰਗੀਆਂ ਨਜ਼ਰ ਆਉਣਗੀਆਂ। ਮਿਲਕਣਗੇ ਇਹਦੀ ਬਾਈ 3 ਟਾਈਮ ਕਰ ਦਿੰਦਾ ਹੁਣ। ਸੋ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਤਿਆਰ ਦੁੱਧ ਵਾਲੀ ਗਾਂ ਜਿਹੜੀ ਉਹ ਵੀਰ ਤੋਂ ਖਰੀਦ ਸਕਦੇ ਹੋ। ਅਤੇ ਇਹ ਦੋਸਤੋ ਇਸ ਵੈੜ ਦੀ ਜਿਹੜੀ ਉਹ ਵੱਛੀ ਹੈ, ਪਰ ਕਾਫ ਦੀ ਜਿਹੜੀ ਸੰਭਾਲ ਦੀ ਜੇ ਗੱਲ ਕਰਦੇ ਹਾਂ ਤਾਂ ਥੋੜ੍ਹੀ ਵੀਰ ਦੀ ਔਸਤ ਜਿਹੜੀ ਉਹ ਸੰਭਾਲ ਨਜ਼ਰ ਆਈ। ਹਾਲਾਂਕਿ ਗਾਵਾਂ ਘਰ ਦੇ ਵਿੱਚ ਜੇ ਆਪਾਂ ਬਰੀਡ ਵਾਈਜ਼ ਦੇਖੀਏ ਤਾਂ ਚੰਗੀਆਂ ਗਾਵਾਂ ਦਿਸਦੀਆਂ। ਇਹ ਵੀ ਬਹੁਤ ਵੱਡੀ ਗਾਂ, ਚੰਗੇ ਕੱਦ ਕਰਦੀ ਹੈ। 45 ਕਿਲੋ ਰਿਕਾਰਡ ਆ ਪਹਿਲਾਂ ਦਾ ਹੀ, ਪਹਿਲਾਂ ਦਾ 45। ਇਹ ਵੀ ਖਰੀਦੀ ਵੀ ਹੈ? ਇਹ ਵੀ ਖਰੀਦੀ ਵੀ ਹੈ। ਠੀਕ ਹੈ, ਇਹ ਲਾਂਪੀ 'ਚ ਆ ਗਈ ਜੀ, ਤਾਂ ਕਰਕੇ ਇਹਨੂੰ ਵੀ ਐਂ ਹੋ ਗਈ। ਠੀਕ ਹੈ, ਅਤੇ ਹੁਣ ਇਹ ਗੱਭਣ ਆ 4 ਮਹੀਨੇ ਦੀ। ਠੀਕ ਹੈ। ਸੋ ਦੋਸਤੋ ਇਹ ਬਹੁਤ ਵੱਡੀ ਗਾਂ, ਬਾਕੀ ਇਹ ਤੁਸੀਂ ਕੁਛ ਨਾ ਹੋਰ ਦੇਖ ਸਕਦੇ ਹੋ। ਵੈਸੇ ਅੱਜ ਦੀ ਵੀਡੀਓ ਜਿਹੜੀ ਬਣ ਰਹੀ ਹੈ ਉਹਦੇ 'ਚ ਦੋਸਤੋ ਵਿਕਾਊ ਸਿਰਫ 1 ਹੀ ਗਾਂ ਬਾਈ ਕੋਲ ਹੈਗੀ ਹੈ, ਉਹ ਤੁਹਾਨੂੰ ਵੀਡੀਓ 'ਚ ਦਿਖਾਤੀ ਹੈ। ਬਹੁਤ ਮਿਹਰਬਾਨੀ ਦੋਸਤੋ ਵੀਡੀਓ ਦੇਖਣ ਲਈ।